ਅੱਜ ਦੇ ਫਿਟਨੈਸ ਫੋਰ ਲਾਈਫ ਦੇ ਸੈਗਮੈਂਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈਗਾ। ਮੇਰਾ ਨਾਮ ਹੈਗਾ ਬਿੰਦੀ ਅਤੇ ਅੱਜ ਮੈਂ ਤੁਹਾਡੇ ਨਾਲ ਇੱਕ ਐਸੀ ਐਕਸਰਸਾਈਜ਼ ਸਾਂਝੀ ਕਰਾਂਗੀ ਜਿਹੜੀ ਤੁਸੀਂ ਜਿਹਨੂੰ ਆਪਾਂ ਫੁੱਲ ਬੋਡੀ ਐਕਸਰਸਾਈਜ਼ ਕਹਿ ਸਕਦੇ ਹਾਂ, ਜਿਹੜੀ ਤੁਸੀਂ ਵੇਟ ਟ੍ਰੇਨਿੰਗ ਦੇ ਵਿਚਾਲੇ ਕਰ ਸਕਦੇ ਹਾਂ। ਇਹ ਐਕਸਰਸਾਈਜ਼ ਨੂੰ ਬੇਸਿਕਲੀ ਨੀਜ਼ ਅਪ ਕਹਿੰਦੇ ਆ, ਜਾਣੀ ਕਿ ਆਪਾਂ ਗੋਡਿਆਂ ਨੂੰ ਉੱਪਰ ਲਿਆਉਣਾ ਆ। ਇਹ ਐਕਸਰਸਾਈਜ਼ ਨਾਲੇ ਤਾਂ ਟੋਨਿੰਗ ਵਾਸਤੇ ਚੰਗੀ ਆ, ਨਾਲੇ ਕੈਲੋਰੀਜ਼ ਕਾਫੀ ਬਰਨ ਕਰਦੀ ਆ। ਸੋ ਜਿਹੜੇ ਦਿਨ ਤੁਸੀਂ ਕਾਰਡੀਓ ਸ਼ਾਇਦ ਨਹੀਂ ਕਰਨਾ ਮੰਗਦੇ, ਜੇ ਤੁਸੀਂ ਇਸ ਐਕਸਰਸਾਈਜ਼ ਨੂੰ ਆਪਣੀ ਵੇਟ ਟ੍ਰੇਨਿੰਗ ਦੇ ਹਰੇਕ ਸੈੱਟ ਦੇ ਵਿਚਾਲੇ ਕਰੋਗੇ ਤਾਂ ਇਹ ਕਾਫੀ ਆ ਕਾਰਡੀਓ ਦੇ ਬਜਾਏ। ਸੋ ਮੈਂ ਦੋ ਤਰ੍ਹਾਂ ਇਸ ਐਕਸਰਸਾਈਜ਼ ਨੂੰ ਦਿਖਾਵਾਂਗੀ। ਸੋ ਪਹਿਲੇ ਵਰਜ਼ਨ ਦੇ ਲਈ ਆਪਾਂ ਸਿੱਧੇ ਖੜ ਕੇ ਅਤੇ ਆਪਾਂ ਗੋਡਿਆਂ ਨੂੰ ਉੱਪਰ ਤਿਕਰ ਲਿਆਉਣਾ ਆ, ਹੱਥਾਂ ਨੂੰ ਮੂਹਰੇ ਰੱਖਦੇ ਹੋਇਆਂ ਤਾਂ ਕਿ ਆਪਾਂ ਨੂੰ ਪਤਾ ਲੱਗੇ ਗੋਡਿਆਂ ਨੂੰ ਤਕਰੀਬਨ ਕਿੱਥੇ ਤਿਕਰ ਕਿੰਨਾ ਉੱਚਾ ਰੱਖਣਾ ਆ। ਤੁਸੀਂ ਇੱਕ ਇੱਕ ਲੱਤ ਦੇ ਨਾਲ ਗੋਡੇ ਨੂੰ ਉੱਪਰ ਲਿਆਉਣਾ, ਕੋਸ਼ਿਸ਼ ਕਰਨੀ ਆਪਣੇ ਹੱਥ ਨੂੰ ਟੱਚ ਕਰਨ ਦੀ ਅਤੇ ਫਿਰ ਦੂਸਰੇ ਗੋਡੇ ਨੂੰ। ਸੋ ਬੇਸਿਕਲੀ ਜਿਵੇਂ ਆਪਾਂ ਮਾਰਚ ਕਰਦੇ ਹੁੰਦੇ ਇਸ ਤਰ੍ਹਾਂ ਲੱਗੂਗਾ, ਪਰ ਆਪਣੇ ਗੋਡੇ ਕਾਫੀ ਉੱਪਰ ਤਿਕਰ ਆਉਣਗੇ। ਇਸੀ ਤਰ੍ਹਾਂ 30 ਸੈਕਿੰਡ ਲਈ ਕਾਫੀ ਹੁੰਦਾ ਹੈ ਜੇ ਤੁਸੀਂ ਆਪਣੇ ਸੈੱਟ ਦੇ ਵਿੱਚ ਕਰਨਾ ਆ। ਜੇ ਤੁਸੀਂ ਸਿਰਫ ਕਾਰਡੀਓ ਕਰਨਾ ਇਸ ਤਰ੍ਹਾਂ ਦਾ ਤਾਂ ਤੁਸੀਂ ਜ਼ਿਆਦਾ ਲੰਮਾ ਕਰ ਸਕਦੇ ਆ। ਸੋ ਗੋਡਿਆਂ ਨੂੰ ਆਲਟਰਨੇਟ ਕਰਦੇ ਹੋਏ ਆ ਉੱਪਰ ਤਿਕਰ ਲਿਆਉਣਾ ਆ, ਜਿਵੇਂ ਤੁਸੀਂ ਇੱਕ ਜਗ੍ਹਾ 'ਤੇ ਖੜ ਕੇ ਮਾਰਚ ਕਰਦੇ ਆ। ਇਸੀ ਐਕਸਰਸਾਈਜ਼ ਨੂੰ ਤੁਸੀਂ ਐਡਵਾਂਸ ਕਰ ਸਕਦੇ ਆ ਥੋੜ੍ਹਾ ਜਿਹਾ ਜ਼ਿਆਦਾ ਤੇਜ਼ ਕਰਦੇ ਹੋਏ ਆ। ਸੋ ਇੱਕ ਇੱਕ ਗੋਡੇ ਨੂੰ ਹੌਲੀ ਦੇਣੇ ਲਿਆਉਣ ਦੇ ਬਜਾਏ ਤੁਸੀਂ ਇੱਕ ਜਗ੍ਹਾ 'ਤੇ ਖੜਾ ਹੋ ਕੇ ਛੇਤੀ ਦੇਣੇ ਗੋਡਿਆਂ ਨੂੰ ਉੱਪਰ ਲਿਆਉਣਾ, ਜਿਵੇਂ ਆਪਾਂ ਇੱਕ ਜਗ੍ਹਾ 'ਤੇ ਦੌੜ ਰਹੇ ਹਾਂ ਪਰ ਗੋਡਿਆਂ ਦੇ ਨਾਲ ਉੱਪਰ ਨੂੰ ਆਪਾਂ ਚੁੱਕ ਕੇ ਦੌੜ ਰਹੇ ਹਾਂ। ਅਤੇ ਇਸ ਐਕਸਰਸਾਈਜ਼ ਦੇ ਨਾਲ ਥੋੜ੍ਹਾ ਜਿਹਾ ਜ਼ਿਆਦਾ ਤੁਹਾਡਾ ਸਾਹ ਚੜੂਗਾ, ਬਿਕੋਜ਼ ਆਪਣਾ ਕਾਰਡੀਓ ਲੈਵਲ ਥੋੜ੍ਹਾ ਜਿਹਾ ਜ਼ਿਆਦਾ ਆ। ਕੋਸ਼ਿਸ਼ ਕਰਨੀ ਆ ਵੀ ਇਸ ਐਕਸਰਸਾਈਜ਼ ਦੇ ਨਾਲ ਨੈਚੁਰਲੀ ਆਪਣਾ ਚੈਸਟ ਮੂਵ ਨੂੰ ਆਊਗਾ, ਬਿਕੋਜ਼ ਆਪਾਂ ਤੇਜ਼ ਜਾ ਰਹੇ ਹਾਂ ਪਰ ਆਪਣੀ ਟੂਈ ਨੂੰ ਪਿੱਛੇ ਨੂੰ ਰੱਖਦੇ ਹੋਏ ਹਾਂ ਤਾਂ ਕਿ ਆਪਣੀ ਅਲਾਈਨਮੈਂਟ ਐਨ ਸਿੱਧੀ ਰਹੇ। ਟੂਈ ਨੂੰ ਥੋੜ੍ਹਾ ਜਿਹਾ ਪਿੱਛੇ ਨੂੰ ਰੱਖਣਾ ਜਦੋਂ ਦੌੜਨਾ ਆ, ਫਿਰ ਇਸ ਤਰ੍ਹਾਂ ਤੁਹਾਡੀ ਬਾਡੀ ਸਿੱਧੀ ਰਹੂਗੀ ਅਤੇ ਗੋਡਿਆਂ ਦਾ ਪੋਜੀਸ਼ਨ ਐਨ ਠੀਕ ਤਰ੍ਹਾਂ ਆਊਗਾ। ਅਫਕੋਰਸ ਸਾਹ ਲੈਂਦੇ ਰਹੋ ਜਿਸ ਤਰ੍ਹਾਂ ਜਦੋਂ ਤੁਸੀਂ ਕਰਦੇ ਹਾਂ, ਕਦੇ ਵੀ ਆਪਣਾ ਸਾਹ ਨਹੀਂ ਤੁਹਾਨੂੰ ਰੋਕਣਾ ਚਾਹੀਦਾ। ਸੋ ਇਹ ਸੀਗੀ ਦੋ ਵਰਜ਼ਨਸ ਆਪਣੇ ਨੀਜ਼ ਅਪ ਦੇ ਵਾਸਤੇ, ਜਿਹੜੇ ਤੁਸੀਂ ਨੈਕਸਟ ਟਾਈਮ ਸ਼ਾਇਦ ਆਪਣੇ ਕਾਰਡੀਓ ਦੇ ਥਾਂ ਇਹਨੂੰ ਟਰਾਈ ਕਰ ਸਕਦੇ ਹਾਂ। ਅਗਲੇ ਹਫ਼ਤੇ ਆਪਾਂ ਫਿਰ ਮਿਲਾਂਗੇ ਇੱਕ ਨਵੀਂ ਐਕਸਰਸਾਈਜ਼ ਦੇ ਨਾਲ। ਉਦੋਂ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਗੁੱਡ ਹੈਲਥ।